ਯੋਗਦਾਨ ਜਿਸ ਤਰ੍ਹਾਂ ਕਿ ਸਾਡੇ ਵਕੀਲ ਸਾਹਿਬਾਨ ਨੇ, ਮੈਂ ਬੇਨਤੀ ਕਰਾਂਗੇ ਕਿ ਇਹ ਸਾਡੇ ਦੋਵੇਂ ਵਕੀਲ ਸਾਹਿਬਾਨ ਅਤੇ ਸਾਡੇ ਜਸਪਾਲ ਸਿੰਘ ਮੁਨਸ਼ੀ ਜਿਨ੍ਹਾਂ ਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਸੀ ਇੱਥੇ ਲਿਆਉਣ ਵਾਸਤੇ ਜੋ ਪਟੀਸ਼ਨ ਪਾਈ ਗਈ, ਅਤੇ ਇਹਨਾਂ ਦਾ ਬਹੁਤ ਵੱਡਾ ਜਿਹੜਾ ਉਹ ਯੋਗਦਾਨ ਹੈ। ਇਸ਼ਪਨੀਤ ਸਿੰਘ ਜੀ ਜਿਹੜੇ ਕਿ ਬਹੁਤ ਲੰਬੇ ਸਮੇਂ ਤੋਂ ਮੇਰੇ ਇੱਕ ਪਰਿਵਾਰਕ ਵਕੀਲ ਨੇ, ਅਤੇ ਇਹਨਾਂ ਦੀ ਬੜੀ ਮਿਹਨਤ ਹੈ। ਇਸੇ ਤਰ੍ਹਾਂ ਇੰਦਰਮੋਹਨ ਸਿੰਘ ਜੀ, ਮਾਨਕ ਸਾਹਿਬ, ਇਹ ਵੀ ਜਿਹੜੇ ਕਿ ਦੋਵੇਂ ਵਕੀਲ, ਅਤੇ ਇਸ ਤਰ੍ਹਾਂ ਤੁਹਾਨੂੰ ਅਸੀਂ ਹੋਰ ਵੀ ਸਾਡੇ ਨਾਲ ਵਕੀਲ ਸਾਹਿਬਾਨ ਜਿਨ੍ਹਾਂ ਨੇ 23 ਤਰੀਕ ਨੂੰ ਜਿਸ ਦਿਨ ਵਕੀਲ ਸਾਹਿਬਾਨਾਂ ਦੀ ਹੜਤਾਲ ਸੀ, ਅਤੇ ਉਸ ਦਿਨ ਇਹਨਾਂ ਨੇ ਪਟੀਸ਼ਨ ਪਾ ਕੇ ਹਾਈ ਕੋਰਟ 'ਚ ਪੇਸ਼ ਹੋ ਕੇ, ਅਤੇ 4-5 ਵਕੀਲ ਸਾਡੇ ਨਾਲ ਹੋਰ ਨੇ, ਉਹਨਾਂ ਦਾ ਵੀ ਸਮਾਨ 'ਤੇ ਜਿਹੜਾ ਅਸੀਂ ਸਨਮਾਨ ਕਰਾਂਗੇ, ਜਿਨ੍ਹਾਂ ਨੇ ਹੜਤਾਲ ਵਾਲੇ ਦਿਨ ਮਾਨਯੋਗ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਅਤੇ ਵਰੰਟ ਅਫਸਰ ਜਿਹੜਾ ਅਸੀਂ ਨਾਲ ਭੇਜ ਕੇ, ਅਤੇ ਇਸ ਪ੍ਰਿਤਪਾਲ ਦੀ ਜ਼ਿੰਦਗੀ ਨੂੰ ਬਚਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ। ਸੋ ਇਹਨਾਂ ਸਾਰਿਆਂ ਦਾ, ਤੁਹਾਡਾ, ਪ੍ਰੈਸ ਵਾਲਿਆਂ ਦਾ, ਡਾਕਟਰ ਸਾਹਿਬਾਨਾਂ ਦਾ, ਮੈਂ ਬਹੁਤ ਬਹੁਤ ਆਪਣੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ, ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ, ਜਿਹੜੀਆਂ ਅਸੀਂ 13 ਫਰਵਰੀ ਤੋਂ ਲਗਾਤਾਰ ਇਸ ਸੰਘਰਸ਼ ਨੂੰ ਲੈ ਕੇ ਲੜਾਈ ਲੜ ਰਹੇ ਹਾਂ, ਤੁਹਾਡਾ ਸਾਰਿਆਂ ਦਾ ਆਪਣੇ ਵੱਲੋਂ ਅਤੇ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ। ਅਤੇ ਹੁਣ ਅਸੀਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਉੱਥੇ ਦੇਗ ਕਰਾ ਕੇ, ਅਰਦਾਸ ਕਰਾ ਕੇ, ਅਕਾਲ ਪੁਰਖ ਦਾ ਸ਼ੁਕਰਾਨਾ ਕਰਕੇ, ਅਤੇ ਫਿਰ ਅਸੀਂ ਇਸ ਬੱਚੇ ਨੂੰ ਲੈ ਕੇ ਘਰ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜੇ ਨਾ ਠੀਕ ਨਹੀਂ ਹੈਗੇ ਤੇ ਨਹੀਂ, ਜੋ ਕੁਝ ਉੱਥੇ ਹੋਇਆ ਤੁਸੀਂ ਮੈਜਿਸਟਰੇਟ ਸਾਹਿਬ ਨੇ ਵੀ ਹੋਇਆ ਸੀਗਾ, ਇਹ ਕਲੀਅਰ ਸੀ ਤੁਹਾਨੂੰ ਵੀ ਪੁਲਿਸ ਵਾਲਿਆਂ ਨੇ ਤੁਹਾਡੇ ਨਾਲ ਇਸ ਤਰ੍ਹਾਂ ਦਾ ਕੀ ਰੱਖਿਆ ਸੀ? ਕਲੀਅਰ ਪੁਲਿਸ ਵਾਲੇ ਸੀਗੇ, ਉਹ ਪੁਲਿਸ ਵਾਲੇ ਸੀ, ਹਾਂਜੀ, ਕਿਉਂਕਿ ਮੈਜਿਸਟਰੇਟ ਵੀ ਤੁਹਾਡੇ ਬਿਆਨ ਲੈ ਕੇ ਗਏ ਨੇ ਕਿ ਹੁਣ, ਹਾਂਜੀ, ਉਹਦੇ ਸਿਚੁਏਸ਼ਨ ਦੋਨੇ ਪਾਸਿਓਂ ਇਸ ਤਰ੍ਹਾਂ ਦੀ ਬਣੀ ਸੀ ਕਿ ਕੋਈ ਲੜਾਈ ਝਗੜਾ ਹੋ ਰਿਹਾ ਸੀ ਜਾਂ ਤੁਸੀਂ ਆਪਦੇ ਸੇਵਾ ਕਰ ਰਹੇ ਸੀਗੇ? ਅਸੀਂ ਸੇਵਾ ਕਰਦੇ ਸੀ। ਚਲੋ ਖੈਰ, ਕਿਉਂਕਿ ਜੀ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕੁਝ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਤੰਦਰੁਸਤ ਹੋ ਕੇ ਦੁਬਾਰਾ ਜਾਓਗੇ ਮੋਰਚੇ 'ਚ? ਹਾਂਜੀ, ਠੀਕ ਹੈ। ਚਲੋ ਖੈਰ, ਦੇਖਿਆ ਜਾਵੇ ਜਿਸ ਤਰ੍ਹਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਾਲ ਕਿਸਾਨ ਹੈ ਉਸਦੇ ਨਾਲ।